ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਟਲੀ ਦੇ ਪੇਪਰ ਭਰਨ ਅਤੇ ਮਿਲਣ ਵਾਲੀ ਰਸੀਦ। ਬਹੁਤ ਸਾਰੇ ਮੇਰੇ ਵੀਰਾਂ ਨੂੰ ਰਸੀਦਾਂ ਮਿਲ ਚੁੱਕੀਆਂ, ਉਹ ਤਾਂ ਇਹਨਾਂ ਉਹ ਉਹਨਾਂ ਨੇ ਤਾਂ ਰਸੀਦ ਦੇਖ ਲਈ ਹੈ, ਪਰ ਕੁਝ ਮੇਰੇ ਵੀਰ ਜਿਨ੍ਹਾਂ ਨੂੰ ਹਜੇ ਤੱਕ ਰਸੀਦਾਂ ਨਹੀਂ ਮਿਲੀਆਂ, ਉਹਨਾਂ ਨੂੰ ਮੈਂ ਇਹ ਰਸੀਦ ਦਿਖਾਉਣਾ ਚਾਹੁੰਦਾ ਕਿ ਇਹੋ ਜਿਹੀ ਤੁਹਾਨੂੰ ਰਸੀਦ ਮਿਲੂੰਗੀ। ਅਤੇ ਦੋਸਤੋ, ਇਹਦੇ ਵਿੱਚ ਨਾਮ ਅਸੀਂ ਇਸ ਲਈ ਨਹੀਂ ਦਿਖਾ ਰਹੇ ਕਿਉਂਕਿ ਸਿਕਿਉਰਿਟੀ ਰੀਜ਼ਨ ਕਰਕੇ। ਅਤੇ ਦੋਸਤੋ, ਮੈਂ ਤੁਹਾਨੂੰ ਦੱਸ ਦਿੰਦਾ ਕਿ ਰਸੀਦ ਵਿੱਚ ਕੀ ਲਿਖਿਆ ਹੁੰਦਾ। ਬਹੁਤ ਸਾਰੇ ਦੋਸਤਾਂ ਦੇ ਦਿਲਾਂ 'ਚ ਡਾਊਟ ਹੈ ਕਿ ਰਸੀਦ ਵਿੱਚ ਪਾਸਪੋਰਟ ਨੰਬਰ ਹੈ ਨਹੀਂ। ਦੋਸਤੋ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਰਸੀਦ ਵਿੱਚ ਪਾਸਪੋਰਟ ਨੰਬਰ ਨਹੀਂ ਲਿਖਿਆ ਹੁੰਦਾ, ਸਿਰਫ ਨਾਮ ਹੁੰਦਾ। ਹੁਣ ਆਪਾਂ ਗੱਲ ਕਰਦੇ ਇਹਦੇ ਵਿੱਚ ਕੀ ਲਿਖਿਆ ਹੁੰਦਾ। ਜਿਹੜੀ ਪਹਿਲੀ ਲਾਈਨ ਹੈ ਉਹਦੇ ਵਿੱਚ ਲਿਖਿਆ ਵਾ ਹੁੰਦਾ ਜਿਸ ਆਦਮੀ ਨੇ ਤੁਹਾਡੇ ਪੇਪਰ ਭਰੇ ਆ, ਭਰਨ ਵਾਲੇ ਦਾ ਨਾਮ। ਦੂਸਰੇ ਨੰਬਰ 'ਤੇ ਜਿਹੜਾ ਸੀਰੀਅਲ ਨੰਬਰ ਹੁੰਦਾ ਆ ਅਤੇ ਉਹਦੇ ਅੱਗੇ ਜਿਹੜੇ ਦੋ ਅਕਸ਼ਰ ਹੁੰਦੇ ਆ ਉਸ ਜਗ੍ਹਾ ਦੇ ਹੁੰਦੇ, ਉਸ ਸਿਟੀ ਦੇ ਹੁੰਦੇ ਕਿ ਕਿਸ ਸਿਟੀ ਦੇ ਤੁਹਾਡੇ ਪੇਪਰ ਭਰੇ ਗਏ ਆ। ਅਤੇ ਉਹਦੇ ਨਾਲ ਇੱਕ ਹੋਰ ਲਾਈਨ ਆ ਲੰਬੀ, ਉਹ ਤੁਹਾਡਾ ਸੀਰੀਅਲ ਨੰਬਰ ਹੁੰਦਾ। ਜਦੋਂ ਕੰਪਿਊਟਰ 'ਚ ਪੇਪਰ ਭਰ ਹੁੰਦੇ ਆ ਤਾਂ ਉਦੋਂ ਸੀਰੀਅਲ ਨੰਬਰ ਇੱਕ ਇਸ਼ੂ ਹੁੰਦਾ ਤੁਹਾਨੂੰ, ਉਹ ਸੀਰੀਅਲ ਨੰਬਰ ਹੈ। ਅਤੇ ਉਹ ਤੋਂ ਥੱਲੇ ਆ ਜਾਓ, ਉਹ ਤੋਂ ਥੱਲੇ ਹੁੰਦਾ ਮਾਲਕ ਦਾ ਨਾਮ, ਅਤੇ ਮਾਲਕ ਦੇ ਨਾਮ ਤੋਂ ਬਾਅਦ ਹੁੰਦਾ ਤੁਹਾਡਾ ਨਾਮ, ਅਤੇ ਤੁਹਾਡੇ ਨਾਮ ਤੋਂ ਬਾਅਦ ਤੁਸੀਂ ਥੱਲੇ ਦੇਖਿਓ ਤਰੀਕ ਅਤੇ ਟਾਈਮ ਲਿਖਿਆ ਹੋਣਾ 27/3/2023, ਜਿਸ ਦਿਨ ਪੇਪਰ ਸਬਮਿਟ ਹੋਏ ਆ। ਜਿੱਦਾਂ ਕਿ ਇਹ ਪੇਪਰ 9:12:59 'ਤੇ ਸਬਮਿਟ ਹੋ ਗਿਆ ਸੀ। ਅਤੇ ਇਸੇ ਤਰ੍ਹਾਂ ਸੇਮ ਤੁਹਾਡੇ ਪੇਪਰ 'ਤੇ ਇਹੀ ਕੁਛ ਸਾਰਾ ਕੁਛ ਲਿਖਿਆ ਹੋਣਾ, ਬਸ ਤੁਹਾਡਾ ਨਾਮ ਹੋਣਾ, ਮਾਲਕ ਦਾ ਨਾਮ ਹੋਣਾ, ਸੀਰੀਅਲ ਨੰਬਰ ਹੋਣਾ, ਅਤੇ ਦੋ ਅਕਸ਼ਰ ਉਹ ਹੋਣੇ ਵੀ ਜਿਹੜੀ ਸਿਟੀ ਤੋਂ ਤੁਹਾਡਾ ਪੇਪਰ ਭਰੇ ਗਏ ਆ। ਅਤੇ ਇਸ ਤਰ੍ਹਾਂ ਤੁਸੀਂ ਵੀ ਆਪਣੀ ਰਸੀਦ ਚੈੱਕ ਕਰ ਸਕਦੇ ਹੋ। ਅਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਧੰਨਵਾਦ।